410 ਨੇ ਹਿਲਾਈ ਇੱਕ ਵਾਰੀ ਫੇਰ ਇੰਡਸਟਰੀ, ਤੇ ਗਾਣਾ ਸਿੱਧੂ ਮੂਸੇਵਾਲੇ ਦਾ ਹੋਵੇ ਦੋਸਤੋ ਰਿਕਾਰਡ ਨਾ ਟੁੱਟਣ ਇਹ ਤਾਂ ਕਦੇ ਹੋ ਹੀ ਨਹੀਂ ਸਕਦਾ। 30 ਪਲੱਸ ਕੰਟਰੀਆਂ ਦੇ ਵਿੱਚ ਗਾਣਾ ਟ੍ਰੈਂਡਿੰਗ 1 ਤੇ ਚੱਲ ਰਿਹਾ। ਸਾਰੇ ਜਣੇ ਇਹੀ ਕਹਿ ਰਹੇ ਸੀ ਵੀ ਗਾਣਾ ਸਨੀ ਦੇ ਚੈਨਲ ਦੇ ਉੱਤੇ ਆਇਆ, ਗਾਣੇ ਨੂੰ ਉਨੀ ਹਾਈਪ ਨਹੀਂ ਮਿਲਣੀ। ਤੁਹਾਨੂੰ ਦੱਸ ਦਿੰਦੇ ਹਾਂ, ਜਦੋਂ ਗਾਣਾ ਸਨੀ ਨੇ ਟੀਜ਼ਰ ਛੱਡਿਆ ਸੀ, ਸਨੀ ਦੇ ਚੈਨਲ 'ਤੇ 4 ਲੱਖ ਕੁਝ ਸਬਸਕ੍ਰਾਈਬਰ ਸੀ, ਅਤੇ ਗਾਣਾ ਆਉਣ ਨਾਲ 1 ਦਿਨ ਬਾਅਦ ਸਨੀ ਮਾਰਟਨ ਦੇ 1.5 ਲੱਖ ਸਬਸਕ੍ਰਾਈਬਰ ਵਧੇ ਆ। ਇਹ ਕੋਈ ਛੋਟੀ ਮੋਟੀ ਗੱਲ ਨਹੀਂ, ਜਿਹੜੇ ਯੂਟਿਊਬ ਚਲਾਉਂਦੇ ਆ ਉਹਨਾਂ ਨੂੰ ਪੁੱਛੋ। ਅਣਖੀਲੇ ਦਾ ਜ਼ਿਕਰ ਕੀਤਾ ਗਾਣੇ ਦੇ ਵਿੱਚ, ਜੋ ਕਿ ਸਿੱਧੂ ਮੂਸੇਵਾਲੇ ਦੀ ਵੀ ਬੈਸਟ ਜੋੜੀ ਸੀ ਇਹ, ਅਤੇ ਸਿੱਧੂ ਮੂਸੇਵਾਲੇ ਨੇ ਅਣਖੀਲੇ ਤੋਂ ਗੀਤ ਵੀ ਗਵਾਏ ਸੀ ਆਪਣੀ ਫਿਲਮ ਮੂਸਾ ਜੱਟ ਦੇ ਵਿੱਚ। ਅਤੇ ਗਾਣਾ ਕਿੱਦਾਂ ਲੱਗਾ ਦੋਸਤੋ, ਸਿੱਧੂ ਮੂਸੇਵਾਲੇ ਦਾ ਸਪੈਸ਼ਲ ਵਾਰਸ ਕਿੱਦਾਂ ਲੱਗਾ ਤੁਹਾਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ। ਅਤੇ ਵੀਡੀਓ ਦਾ ਤਾਂ ਸਿਰਾ ਕਰਾਇਆ ਪਿਆ ਬਾਈ ਸਨੀ ਮਾਰਟਨ ਨੇ, ਮਿਊਜ਼ਿਕ ਵੀ ਬਹੁਤ ਵਧੀਆ, ਬਹੁਤ ਘੈਂਟ ਮਿਊਜ਼ਿਕ ਹੈ ਸਿੱਧੂ ਦੀ, ਪੂਰੀ ਐਨ ਵਾਈਬ ਗਾਣੇ ਦੇ ਨਾਲ ਮੈਚ ਕਰ ਰਹੀ ਹੈ। ਕਿਉਂਕਿ ਸਨੀ ਮਾਰਟਨ ਸਿੱਧੂ ਮੂਸੇਵਾਲੇ ਨੂੰ ਚੰਗੀ ਤਰ੍ਹਾਂ ਜਾਣਦਾ ਸੀ, ਉਹਨੇ ਉਹਦੇ ਬੇਸ 'ਤੇ ਉੱਦਾਂ ਦਾ ਗਾਣਾ ਤਿਆਰ ਕੀਤਾ।